ਅੱਜ ਦੁਪਹਿਰ 2:30 ਵਜੇ ਦੇ ਕਰੀਬ ਇੱਕ ਵਿਅਕਤੀ ਨੇ ਮਾਲਪੁਰ ਥਾਣੇ ਦੇ ਅੰਦਰ ਦਾਖਲ ਹੋ ਕੇ ਆਪਣੀ ਲਾਇਸੈਂਸੀ ਬੰਦੂਕ ਨਾਲ ਮੁਨਸ਼ੀ ਨੂੰ ਗੋਲੀ ਮਾਰ ਦਿੱਤੀ। ਦੂਜੀ ਗੋਲੀ ਉਸਨੇ ਥਾਣੇਦਾਰ ਨੂੰ ਮਾਰੀ ਪਰੰਤੂ ਉਸਦਾ ਬਚਾਅ ਹੋ ਗਿਆ। ਗੇਟ 'ਤੇ ਖੜ੍ਹੇ ਸੰਤਰੀ ਨੇ ਹਮਲਾ ਕਰਨ ਵਾਲੇ ਨੂੰ ਜੱਫਾ ਪਾ ਲਿਆ ਅਤੇ ਕਾਬੂ ਕਰ ਲਿਆ। ਜ਼ਖਮੀ ਮੁਨਸ਼ੀ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ, ਪਰੰਤੂ ਰਸਤੇ ਵਿੱਚ ਜਾਂਦਿਆਂ ਉਸਦੀ ਮੌਤ ਹੋ ਗਈ। ਹਾਂਜੀ ਭਾਈ, ਦੁਬਾਰਾ ਕੀ ਹੋਇਆ ਸੀਗਾ? ਭਾਜੀ, ਇਹ ਮੈਨੂੰ ਮੁੰਡਾ ਬੰਦਾ ਕਹਿੰਦਾ ਵੀ ਮੈਂ ਅਸਲਾ ਜਮ੍ਹਾਂ ਕਰਾਉਣਾ ਆ। ਮੈਂ ਕਿਹਾ ਚਲੋ ਵੀ ਮੁੰਸ਼ੀ ਦਾ ਉਹਨੂੰ ਮਿਲ ਲਓ, ਅਤੇ ਇੰਨੇ ਨੂੰ ਇਹਨੂੰ ਜਦ ਤੱਕ ਅੰਦਰ ਆ ਕੇ ਗੋਲੀਆਂ ਚਲਾ ਦੀਆਂ ਅਤੇ ਇਸ ਵੇਲੇ ਸ਼ਾਮ ਨਾਲ ਵੀ ਬੈਠੇ ਸੀ ਉੱਥੇ, ਉਹਨਾਂ ਦੁਆਲੇ ਵੀ ਹੋਇਆ ਜੀ ਇਹ, ਅਤੇ ਉੱਧਰੋਂ ਫਿਰ ਮੈਂ ਆ ਕੇ ਇਹਨਾਂ ਨੂੰ ਜਦ ਤੱਕ ਜੱਫਾ ਪਾ ਲਿਆ, ਇਹਨਾਂ ਨੇ ਵੀ ਸਾਥ ਦਿੱਤਾ ਮੇਰਾ। ਤੁਸੀਂ ਪਿੱਛੇ ਜੱਫਿਆ ਪਾਇਆ ਸੀ? ਹਾਂਜੀ ਹਾਂਜੀ, ਇੱਥੇ ਖੜਾ ਸੀਗਾ ਬੰਦਾ ਜੀ। ਇਹਦੇ ਕੋਲ ਦਨਾਲੀ ਸੀ? ਦਨਾਲੀ ਦੇ ਇਹ ਪਹਿਲੀ ਗੋਲੀ ਇਹਨੇ ਸਿੱਧੀ ਆਉਂਦੇ ਨੇ ਮਾਰੀ? ਹਾਂਜੀ ਹਾਂਜੀ, ਪਹਿਲਾਂ ਆਇਆ ਅੰਦਰ ਕਹਿੰਦਾ ਵੀ ਮੈਂ ਅਸਲਾ ਜਮ੍ਹਾਂ ਕਰਾਉਣਾ, ਅਤੇ ਉਹਨੇ ਮੈਨੂੰ ਫਾਇਰ ਕਰਤੇ ਜੀ, ਗੋਲੀ ਮਾਰਤੀ ਸੀ।